ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਵੱਲੋਂ ਨੁੱਕੜ ਨਾਟਕ ਖੇਡੇ ਗਏ। ਬੇਗਮੋ ਦੀ ਧੀ ਅਤੇ ਟੋਆ ਨਾਟਕਾਂ ਰਾਹੀਂ ਔਰਤ ਦੀ ਪੁਰਾਤਨ ਸਮਿਆਂ ਤੋਂ ਲੈ ਕੇ ਹੁਣ ਤੱਕ ਦੀ ਸਮਾਜ ਵਿਚਲੀ ਸਥਿਤੀ ਨੂੰ ਬਿਆਨ ਦੀ ਕਹਾਣੀ ਨੇ ਦਰਸ਼ਕਾਂ ਨੂੰ ਆਪਣੇ ਆਲੇ ਦੁਆਲੇ ਝੁੰਡ ਦੇ ਰੂਪ ਵਿੱਚ ਬੰਨ ਕੇ ਰੱਖਿਆ। ਨਾਟਕ ਵਿਚਲੇ ਕਿਰਦਾਰਾਂ ਨੂੰ ਨਿਭਾਉਣ ਵਾਲੇ ਕੈਲਗਰੀ ਦੇ ਹੀ ਸਥਾਨਕ ਕਲਾਕਾਰਾਂ ਨਾਲ ਗੱਲਬਾਤ ਦੌਰਾਨ ਅਸਲ ਵਿੱਚ ਉਹਨਾਂ ਦੇ ਅੰਦਰਲਾ ਜਜ਼ਬਾ ਬੋਲ ਰਿਹਾ ਦਿਖਾਈ ਦਿੱਤਾ। ਘੰਟਾ ਦੋ ਘੰਟੇ ਦੋ ਦੂਜੇ ਦਿਨ ਤੀਜੇ ਦਿਨ ਕਿਵੇਂ ਨਾ ਕਿਵੇਂ ਟਾਈਮ ਕੱਢ ਕੇ ਰਿਹਰਸਲ ਜ਼ਰੂਰ ਕਰਨੀ ਪੈਂਦੀ ਆ ਤਾਂ ਕਿ ਚੰਗਾ ਨਾਟਕ ਖੇਡਿਆ ਜਾ ਸਕੇ। ਖਾਸ ਕਰਕੇ ਬੇਗਮੋ ਦੀ ਧੀ ਦੇ ਵਿੱਚ ਜਿਹੜਾ ਅਸੀਂ ਔਰਤਾਂ ਦੇ ਹਾਲਾਤ ਦਿਖਾਏ ਨੇ 1947 ਤੋਂ ਲੈ ਕੇ 1984 ਤੱਕ ਜੋ ਦੰਗਾ ਪੀੜਤ ਹੋਏ ਉਹਨਾਂ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਵਰਗ ਜਿਹੜਾ ਸੁਸਾਇਟੀ ਦਾ ਉਹ ਔਰਤਾਂ ਸੀ। ਨਾਟਕ ਖੇਡਣਾ ਕਿੱਦਾਂ ਲੱਗਦਾ? ਇਹ ਬਹੁਤ ਪੁਰਾਣੀ ਪਰੰਪਰਾ ਨੁੱਕੜ ਨਾਟਕ ਤੋਂ ਚੱਲਿਆ ਔਰ ਗੁਰਸ਼ਰਨ ਭਾਈ ਦਾ ਲਿਖਿਆ ਅੱਜ ਦਾ ਨਾਟਕ ਬੇਗਮੋ ਦੀ ਧੀ। ਇਸ ਤਰ੍ਹਾਂ ਦਾ ਨਾਟਕ ਦਰਸ਼ਕਾਂ ਦੇ ਅਸੀਂ ਹੋਰ ਵੀ ਨੇੜੇ ਹੁੰਦੇ ਹਾਂ ਅਤੇ ਨੇੜੇ ਹੋ ਕੇ ਕਰਦੇ ਹਾਂ, ਵੱਧ ਸਵਾਦ ਆਉਂਦਾ ਸਾਨੂੰ ਜੀ। ਬਿਨਾਂ ਕਿਸੇ ਟਿਕਟ ਦੇ ਖੁੱਲ੍ਹ ਮਖੁੱਲ੍ਹੇ ਚੌਗਿਰਦੇ ਵਿੱਚ ਕੜਾਕੇਦਾਰ ਠੰਡ ਦੌਰਾਨ ਵੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਹਾਜ਼ਰੀ ਉਹਨਾਂ ਦੇ ਦਿਲ ਦੀ ਦਹਿਲੀਜ਼ ਉੱਪਰ ਖਲੋਤੀ ਸੋਚ ਸਮਾਜ ਦੇ ਦੋਵਾਂ ਪੱਖਾਂ ਨੂੰ ਨਿਹਾਰ ਰਹੀ ਸੀ। ਕੁਛ ਇੱਕ ਰਵਾਇਤਾਂ ਨੇ ਜਿਹੜੀਆਂ ਕਿ ਚੱਲਦੀਆਂ ਆ ਰਹੀਆਂ ਨੇ ਅਤੇ ਅਜੇ ਤੱਕ ਉਹਨਾਂ ਨੂੰ ਤੋੜਿਆ ਨਹੀਂ ਗਿਆ। ਨਿੱਕੀਆਂ ਨਿੱਕੀਆਂ ਜਿਹੜੀਆਂ ਸਟੀਰੋ ਟਾਈਪਸ ਨੇ ਉਹ ਇੰਨੀਆਂ ਸਾਡੇ ਹੱਡਾਂ 'ਚ ਰਚ ਗਈਆਂ ਕਿ ਉਹਨਾਂ ਨੂੰ ਤੋੜਨ ਲਈ ਮੈਨੂੰ ਲੱਗਦਾ ਕਿ ਮੈਂ ਖੁਦ ਵੀ ਅਜੇ ਬੋਲਡ ਨਹੀਂ ਹੋ ਸਕੀ। ਜਦੋਂ ਮੇਰਾ ਹਸਬੈਂਡ ਕੱਪੜੇ ਆਪਣੇ ਕਹਿ ਲਓ ਕਿ ਭਾਂਡੇ ਚੁੱਕਦਾ ਡਾਇਨਿੰਗ ਟੇਬਲ ਤੋਂ ਅਤੇ ਮੈਂ ਕਹਿੰਦੀ ਹਾਂ ਰਹਿਣ ਦਿਓ ਮੈਂ ਚੱਕ ਲਵਾਂਗੀ, ਮੈਨੂੰ ਖੁਦ ਨੂੰ ਵੀ ਸ਼ਾਇਦ ਅੱਛਾ ਨਹੀਂ ਲੱਗਦਾ, ਪਰ ਮੈਨੂੰ ਇਹ ਪਤਾ ਹੈ ਕਿ ਮੇਰੇ ਤੋਂ ਅਗਲੀ ਪੀੜ੍ਹੀ ਜਿਹੜੀ ਹੈ ਉਹਨੇ ਇਹ ਰਵਾਇਤਾਂ ਤੋੜ ਦਿੱਤੀਆਂ ਨੇ ਅਤੇ ਕਾਫੀ ਹੱਦ ਤੱਕ ਟੁੱਟ ਰਹੀਆਂ ਨੇ। ਮੈਂ ਇਹੀ ਕਹਿੰਦੀ ਹਾਂ ਵੀ ਸਾਰਿਆਂ ਨੂੰ ਬਰਾਬਰ ਕੰਮ ਕਰਨਾ ਚਾਹੀਦਾ। ਜਿਹੜਾ ਅੱਜ ਵੀ ਮੁੰਡੇ ਆ ਉਸ ਨੂੰ ਸੈਲੀਬ੍ਰੇਟ ਕੀਤਾ, ਬੜੀ ਵਧਾਈ ਦੇ ਪਾਤਰ ਨੇ ਜੀ ਇਹ। ਹਜੇ ਵੀ ਔਰਤ ਨਾਲ ਸੰਸਾਰ ਪੱਧਰ 'ਤੇ ਵਿਤਕਰਾ ਕੀਤਾ ਜਾਂਦਾ ਹੈ। ਮੈਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਵੋਮੈਨ ਡੇ ਨੂੰ ਸਿਰਫ ਹੈਪੀ ਵੋਮੈਨ ਡੇ ਕਹਿ ਕੇ ਕੇਕ ਕੱਟ ਕੇ ਜਾਂ ਵਧਾਈਆਂ ਦੇ ਕੇ ਇਹ ਦਿਨ ਮਨਾ ਲਈਏ ਰਵਾਇਤੀ ਤੌਰ 'ਤੇ, ਸਾਨੂੰ ਘੱਟੋ ਘੱਟ ਇਹ ਗੱਲ ਠੀਕ ਨਹੀਂ ਲੱਗਦੀ। ਅਸੀਂ ਸਮਝਦੇ ਹਾਂ ਇਸ ਦਿਨ 'ਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਸਾਰੇ ਯੂਰਪ 'ਚ ਵਿਕਸਿਤ ਕੰਟਰੀਆਂ 'ਚ ਅੱਜ ਪਹਿਲੀ ਔਰਗੇਨਾਈਜੇਸ਼ਨ ਆ ਜਿਹੜੀ ਇਸ ਦਿਨ 'ਤੇ ਇਹੋ ਜਿਹਾ ਇਨਕਲਾਬੀ ਪ੍ਰੋਗਰਾਮ ਦੇ ਕੇ ਲੋਕਾਂ ਨੂੰ ਔਰਤ ਦੀ ਜਿਹੜੀ ਅਸਲ ਦਸ਼ਾ ਉਹਦੇ ਬਾਰੇ ਜਾਣਕਾਰੀ ਦੇ ਰਹੀ ਆ। ਖੈਰ ਬਹੁਤਾ ਨਹੀਂ ਤਾਂ ਥੋੜਾ, ਜਿੰਨਾ ਕੁ ਵੀ ਕਿਸੇ ਉੱਪਰ ਅਸਰ ਹੋਊ, ਪਰ ਹੋਊ ਜ਼ਰੂਰ। ਮਾਸਟਰ ਭਜਨ ਗਿੱਲ ਦੀ ਅਣਥਕ ਮਿਹਨਤ ਅਤੇ ਅਗਵਾਈ ਹੇਠ ਅਜਿਹੇ ਉਪਰਾਲੇ ਸਮਾਜ ਦੇ ਕੋਨਿਆਂ ਨੂੰ ਸਾਫ਼ ਕਰਦੇ ਦਿਖਾਈ ਦੇ ਰਹੇ ਹਨ। ਹਰਬੰਸ ਪੁੱਟਰ, ਚੈਨਲ ਪੰਜਾਬੀ ਨਿਊਜ਼, ਕੈਲਗਰੀ।